ਬਹੁਤ ਸਤਿ ਜੀ। ਆਪਾਂ ਅਗਲੇ ਸਵਾਲ ਵੱਲ ਚੱਲੀਏ। ਅਗਲਾ ਸਵਾਲ ਵੀ ਗੁਰਬਾਣੀ ਨਾਲ ਹੀ ਰਿਲੇਟਡ ਹੈ। ਇੱਕ ਗੁਰਬਾਣੀ ਦਾ ਸ਼ਬਦ ਆਪਾਂ ਅਕਸਰ ਪੜ੍ਹਦੇ ਸੁਣਦੇ ਹਾਂ ਕਿ ਜਾਂ ਕੋ ਮੁਸ਼ਕਲ ਅਤ ਬਣੇ, ਜਾਂ ਕੋ ਮੁਸ਼ਕਲ ਅਤ ਬਣੇ, ਧੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਦੇ ਭੱਜ ਕਲੇ। ਤੋ ਇਹਦੇ ਅਰਥ ਪੁੱਛੇ ਨੇ ਸਵਾਲ ਕਰਤਾ ਨੇ ਤੇ ਐਮ ਪੀ ਸਿੰਘ ਜੀ ਇਸਦਾ ਉੱਤਰ ਦੇਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ। ਇਹ ਜੋ ਸ਼ਬਦ ਹੈ ਇਹ ਸ੍ਰੀ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 70 ਦੇ ਉੱਪਰ ਸ਼ੋਭਿਤ ਹੈ। ਗੁਰੂ ਅਰਜਨ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਸ਼ਬਦ ਪੂਰਾ ਜੋ ਹੈ ਉਹ ਤਾਂ ਅਸ਼ਟਪਦੀ ਹੈ, ਬਲਕਿ ਉਹਦੇ 8ਵੀਂ ਨਹੀਂ 9 ਪਦੇ ਹਨ। ਪਰ ਜਿਸ ਪੰਕਤੀ ਦੇ ਨਾਲ ਸੰਬੰਧਿਤ ਸਵਾਲ ਹੈ ਉਹ ਇਸ ਅਸ਼ਟਪਦੀ ਦਾ ਪਹਿਲਾ ਹੀ ਪਦਾ ਹੈ। ਪਰ ਇਸਦੀ ਵਿਚਾਰ ਕਰਨ ਤੋਂ ਪਹਿਲਾਂ, ਜਿਵੇਂ ਕਿ ਮਰਿਆਦਾ ਹੈ ਕਿ ਕਿਸੇ ਵੀ ਪਦੇ ਦਾ ਅਰਥ ਸਮਝਣਾ ਹੋਵੇ, ਜੇ ਉਸ ਸ਼ਬਦ ਦੇ ਅੰਦਰ ਕੋਈ ਰਾਉ ਦਾ ਬੰਧ ਹੈ ਤਾਂ ਪਹਿਲਾਂ ਉਹਦਾ ਭਾਵ ਸਮਝ ਕੇ ਉਹਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ। ਤਾਂ ਇਸ ਸ਼ਬਦ ਦਾ ਜੋ ਰਾਉ ਦਾ ਬੰਧ ਹੈ ਉਹ ਹੈ ਸਾਹਿਬ ਨਿਤਾਣਿਆ ਕਾ ਤਾਨ ਆਏ ਨਾ ਜਾਈ ਫਿਰ ਸਦਾ ਗੁਰ ਸ਼ਬਦੀ ਸੱਚ ਜਾਣ। ਉਹ ਇਸ ਰਾਉ ਦੇ ਬੰਧ ਵਿੱਚ ਗੁਰੂ ਸਾਹਿਬ ਨੇ ਗੱਲ ਕੀਤੀ ਹੈ ਅਕਾਲ ਪੁਰਖ ਦੀ ਸਿਫਤ ਕਰਦਿਆਂ ਹੋਇਆਂ ਕਹਿੰਦੇ ਹਨ ਕਿ ਉਹ ਮਾਲਕ ਉਹ ਸਾਹਿਬ ਨਿਤਾਣਿਆਂ ਕਾ ਤਾਨ ਹੈ। ਨਿਤਾਣੇ ਉਹ ਹੁੰਦੇ ਹਨ, ਤਾਣ ਦਾ ਅਰਥ ਹੁੰਦਾ ਹੈ ਤਾਕਤਵਰ, ਤਾਕਤ ਜਾਂ ਬਲ। ਤੇ ਨਿਤਾਣਾ ਹੋ ਗਿਆ ਜਿਹਦੇ ਕੋਲ ਬਲ ਨਹੀਂ ਹੈ, ਜਿਹੜਾ ਕਮਜ਼ੋਰ ਹੈ। ਉਹ ਨਿਤਾਣਿਆਂ ਕਾ ਤਾਨ ਦਾ ਭਾਵ ਹੋਇਆ ਕਿ ਕਮਜ਼ੋਰ ਬੰਦਿਆਂ ਨੂੰ ਤਾਕਤ ਬਖਸ਼ਣ ਵਾਲਾ। ਤੋ ਪਰਮਾਤਮਾ ਦੀ ਸਿਫਤ ਕਰਦਿਆਂ ਹੋਇਆ ਗੁਰੂ ਅਰਜਨ ਪਾਤਸ਼ਾਹ ਫਰਮਾਉਂਦੇ ਹਨ ਕਿ ਸਾਹਿਬ ਨਿਤਾਣਿਆਂ ਕਾ ਤਾਨ, ਉਹ ਮਾਲਕ, ਉਹ ਸਾਡਾ ਸਭ ਦਾ ਮਾਲਕ ਪ੍ਰਭੂ ਕਮਜ਼ੋਰਾਂ ਨੂੰ ਵੀ ਬਲ ਬਖਸ਼ਣ ਵਾਲਾ ਹੈ। ਜਿਨ੍ਹਾਂ ਦੇ ਕੋਲ ਕੋਈ ਤਾਕਤ ਨਹੀਂ ਹੈ ਉਹਨਾਂ ਨੂੰ ਵੀ ਤਾਕਤ ਬਖਸ਼ਣ ਵਾਲਾ ਉਹ ਪ੍ਰਭੂ ਪਰਮਾਤਮਾ ਹੈ। ਹੋਰ ਉਸ ਪਰਮਾਤਮਾ ਦੀ ਕੀ ਸਿਫਤ ਹੈ ਕਿ ਆਏ ਨਾ ਜਾਈ ਫਿਰ ਸਦਾ ਗੁਰ ਸ਼ਬਦੀ ਸੱਚ ਜਾਣ, ਕਿ ਉਹ ਨਾ ਆਉਂਦਾ ਹੈ ਨਾ ਜਾਂਦਾ ਹੈ। ਭਾਵ ਸਾਡੇ ਇਨਸਾਨਾਂ ਜਾਂ ਹੋਰ ਜੀਵਾਂ ਜੰਤੂਆਂ ਵਾਕਣ ਨਾ ਉਹ ਜਨਮ ਲੈਂਦਾ ਹੈ ਤੇ ਨਾ ਹੀ ਉਸਦੀ ਮੌਤ ਹੁੰਦੀ ਹੈ। ਉਹ ਜਨਮ ਮਰਨ ਤੋਂ ਰਹਿਤ ਹੈ, ਉਹ ਅਜੂਨਾਂ 'ਚ ਨਹੀਂ ਪੈਂਦਾ ਜਿਵੇਂ ਮੂਲ ਮੰਤਰ 'ਚ ਆਉਂਦਾ ਹੈ ਅਜੂਨੀ, ਪ੍ਰਭੂ ਅਜੂਨੀ ਹੈ। ਸੋ ਨਾ ਉਹ ਆਉਂਦਾ ਹੈ ਨਾ ਜਾਂਦਾ ਹੈ, ਨਾ ਉਹਦਾ ਜਨਮ ਹੁੰਦਾ ਹੈ ਨਾ ਉਹ ਮਰਦਾ ਹੈ। ਅਤੇ ਉਹ ਫਿਰ ਸਦਾ, ਸਦਾ ਥਿਰ ਤੋਂ ਭਾਵ ਹੈ ਕਿ ਜਿਹੜਾ ਹਮੇਸ਼ਾ ਹੀ ਕਾਇਮ ਰਹਿਣ ਵਾਲਾ, ਉਹਦੀ ਹੋਣ ਦੇ ਅੰਦਰ ਕੋਈ ਵਧਾ ਘਟਾ ਨਹੀਂ ਹੁੰਦਾ ਹੈਗਾ, ਉਹ ਹਮੇਸ਼ਾ ਇੱਕੋ ਅਚਲ ਅਵਸਥਾ ਦੇ ਵਿੱਚ ਰਹਿੰਦਾ ਹੈ। ਉਹਦੇ ਉੱਤੇ ਸਮੇਂ ਦਾ ਪ੍ਰਭਾਵ ਵੀ ਨਹੀਂ ਹੈ, ਇਸੇ ਕਰਕੇ ਉਸਨੂੰ ਅਕਾਲ ਵੀ ਕਿਹਾ ਜਾਂਦਾ ਹੈ। ਉਹ ਸਦਾ ਥਿਰ ਹੈ। ਇਹ ਇਸ ਗੱਲ ਦੀ ਸੋਝੀ ਪੈਂਦੀ ਕਿਵੇਂ ਹੈ, ਜਿਵੇਂ ਮੂਲ ਮੰਤਰ 'ਚ ਅਖੀਰ ਦੇ ਉੱਤੇ ਲਫ਼ਜ਼ ਆਉਂਦੇ ਹਨ ਗੁਰਪ੍ਰਸਾਦ, ਤੋ ਇੱਥੇ ਵੀ ਗੱਲ ਉਸੇ ਭਾਵ ਦੀ ਗੁਰੂ ਸਾਹਿਬ ਨੇ ਸਮਝਾਈ ਹੈ ਕਿ ਗੁਰ ਸ਼ਬਦੀ ਸੱਚ ਜਾਣ, ਉਹ ਸੱਚ, ਉਹ ਜੋ ਸਦਾ ਥਿਰ ਰਹਿਣ ਵਾਲਾ, ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੈ, ਉਸਨੂੰ ਗੁਰੂ ਦੇ ਸ਼ਬਦ ਦੇ ਦੁਆਰਾ ਹੀ ਸਮਝਿਆ ਜਾਂਦਾ ਹੈ। ਉਹਦੀ ਸੋਝੀ ਉਹਦੇ ਨਾਲ ਸਾਂਝ ਪੈਂਦੀ ਹੈ ਗੁਰੂ ਦੀ ਸਿੱਖਿਆ ਦੁਆਰਾ, ਗੁਰੂ ਦੇ ਉਪਦੇਸ਼ ਦੁਆਰਾ, ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼। ਉਹ ਇਹ ਪਰਮਾਤਮਾ ਦੀ ਸਿਫਤ ਦੇ ਨਾਲ ਹੀ ਸੰਬੰਧਿਤ ਹੈ, ਉਸੇ ਨਾਲ ਹੀ ਸੰਬੰਧਿਤ ਜਿਹੜਾ ਪਹਿਲਾ ਬੰਦ ਹੈ ਜਿਹਦੇ ਬਾਰੇ ਸਵਾਲ ਆਇਆ ਹੈ। ਹੁਣ ਉਹ ਪ੍ਰਭੂ ਦੀ ਹੀ ਸਿਫਤ ਕਰਦਿਆਂ ਹੋਇਆ ਗੁਰੂ ਪਾਤਸ਼ਾਹ ਕਹਿ ਰਹੇ ਹਨ ਕਿ ਜਾ ਕੋ ਮੁਸ਼ਕਲ ਹੱਥ ਬਣੈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਦੀ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿੱਤ ਆਵੈ ਉਸ ਪਾਰ ਬ੍ਰਹਮ ਲਗੈ ਨਾ ਤੱਤੀ ਵਾ। ਉਹ ਸਾਰੇ ਇਸ ਪਹਿਲੇ ਬੰਦ ਦੇ ਅੰਦਰ ਐਸੇ ਇਨਸਾਨ ਦੀ ਗੱਲ ਹੋ ਰਹੀ ਹੈ ਜਿਹੜਾ ਵਿਚਾਰਾ ਨਿਤਾਣਾ ਹੈ, ਜਿਹਦੇ ਕੋਲ ਆਪਣੀ ਰੱਖਿਆ ਕਰਨ ਵਾਸਤੇ ਆਪਣੇ ਆਪ ਨੂੰ ਸੰਭਾਲਣ ਜੋਗੀ ਤਾਕਤ ਵੀ ਨਹੀਂ ਹੈ। ਤੇ ਹੁਣ ਜੇ ਉਹ ਕਿਸੇ ਮੁਸ਼ਕਲ ਵਿੱਚ ਪੈ ਜਾਂਦਾ ਹੈ, ਕਿਸੇ ਦੁੱਖ ਤਕਲੀਫ ਵਿੱਚ ਪੈ ਜਾਂਦਾ ਹੈ, ਉਹਦੀ ਇਸ ਅਵਸਥਾ ਦਾ ਬਿਆਨ ਕਰਦੇ ਹੋਏ ਗੁਰੂ ਸਾਹਿਬ ਕਹਿੰਦੇ ਹਨ ਕਿ ਮੰਨ ਲਓ ਐਸਾ ਇਨਸਾਨ ਕੋਈ ਹੈ ਜਿਹਨੂੰ ਬਹੁਤ ਮੁਸ਼ਕਲ ਬਣ ਗਈ, ਜਾਂ ਕੋ ਮੁਸ਼ਕਲ ਅੱਤ ਬਣੇ, ਅੱਤ ਮੈਨੂੰ ਹੁੰਦਾ ਬਹੁਤ ਜ਼ਿਆਦਾ, ਬੜੀ ਭਾਰੀ ਮੁਸ਼ਕਲ ਬਣ ਗਈ ਹੈ। ਕੋਈ ਬੰਦਾ ਬਹੁਤ ਮੁਸੀਬਤ ਵਾਲੀ ਅਵਸਥਾ ਦੇ ਵਿੱਚ ਕਿਧਰੇ ਫਸ ਗਿਆ, ਤੇ ਆਮ ਤੌਰ ਤੇ ਜਦੋਂ ਕੋਈ ਬੰਦਾ ਮੁਸੀਬਤ ਵਿੱਚ ਫਸਦਾ ਹੈ ਤੇ ਉਹ ਫਿਰ ਆਲੇ ਦੁਆਲੇ ਝਾਂਕਦਾ ਹੈ, ਕੋਈ ਆਪਣੇ ਮਿੱਤਰਾਂ ਨੂੰ, ਪਰਿਵਾਰ ਦੇ ਸੰਬੰਧੀਆਂ ਨੂੰ ਆਵਾਜ਼ਾਂ ਮਾਰਦਾ ਕਿ ਆਓ ਮੈਨੂੰ ਕੋਈ ਸਹਾਰਾ ਦਿਓ, ਮੇਰੀ ਮੇਰੀ ਕੋਈ ਮਦਦ ਕਰੋ। ਪਰ ਗੁਰੂ ਸਾਹਿਬ ਕਹਿੰਦੇ ਹਨ ਕਿ ਜੇ ਭਲਾ ਉਹਦੇ ਨਾਲ ਐਸੀ ਸਿਚੁਏਸ਼ਨ ਬਣ ਜਾਏ, ਐਸੀ ਹਾਲਤ ਬਣ ਜਾਏ ਕਿ ਢੋਈ ਕੋਏ ਨਾ ਦੇ, ਢੋਈ ਦਾ ਅਰਥ ਹੁੰਦਾ ਹੈ ਸਹਾਰਾ। ਆਮ ਤੌਰ ਤੇ ਅਸੀਂ ਜਦੋਂ ਬੈਠਣ ਲੱਗਿਆਂ ਪਿੱਠ ਨੂੰ ਟਿਕਾਉਣ ਲੱਗਿਆ ਕੋਸ਼ਿਸ਼ ਕਰਦੇ ਹਾਂ, ਅਸੀਂ ਕਹਿੰਦੇ ਹਾਂ ਵੀ ਢੋ ਲਗਾ ਲਓ, ਬਈ ਸਹਾਰਾ ਲੈ ਲਓ, ਪਿੱਠ ਨੂੰ ਸਹਾਰਾ ਦੇ ਦਿਓ।
ताकि तुहानू स्टेबल बैठने विच कोई दिक्कत ना हो, ढो दा अर्थ हुंदा सहारा। पर जे मुश्किल च फसे हुए इंसान नूं कोई सहारा देण वाला भी ना होवे, ढोई कोई ना दे, कोई उहनूं सहारा देण आवे वास्ते बंदा नेड़े ही ना होवे, कोई उहदे वास्ते सामने आवे ही ना, फिर होर की होवे कि लागू होए दुश्मना साक ते भज खले। लागू दा अर्थ हुंदा है कि बड़े जोर दे नाल पूरे बल दे नाल जिहड़ा है जो मारन ते उतारू हो जाण, लागू हो जाना। भाई जिवें कोई बंदा सिर ते चढ़ के तुहाडे पूरा तुहानू नुकसान पहुंचाउण, तुहानू जानो मारन वास्ते ते चढ़ के आ जावे, कहिंदे हन कि उहदे लागू हो गया आ गया। तो लागू होए दुश्मना जिहदे दुश्मन उहदे सिर ते चढ़ के आ जाण, ते उहदे साख संबंधी जिहड़े उहदे रिश्तेदार ने ਉਹ ਵੀ ਉਹਨੂੰ ਛੱਡ ਕੇ ਭੱਜ ਜਾਣ। ਸਾਗ ਵੀ ਭੱਜ ਖਲੇ, ਸਾਗ ਦਾ ਮਤਲਬ ਹੁੰਦਾ ਰਿਸ਼ਤੇਦਾਰ ਸੰਬੰਧੀ, ਭੱਜ ਖਲੇ ਦੌੜ ਜਾਣ, ਇੱਥੋਂ ਭੱਜ ਜਾਣ, ਉਹਨੂੰ ਦੇਖ ਕੇ ਉਹ ਦੁਸ਼ਮਣ ਨੂੰ ਦੇਖ ਕੇ ਉਹ ਡਰ ਕੇ ਭੱਜ ਜਾਣ, ਬਜਾਏ ਇਸਦੇ ਕਿ ਤੁਹਾਡੀ ਮਦਦ ਕਰਨ ਉਹ ਆਪਣੀ ਜਾਨ ਬਚਾਉਣ ਵਾਸਤੇ ਭੱਜ ਜਾਣ ਉੱਥੋਂ। ਤੇ ਜੇ ਫਿਰ ਉਸ ਤੋਂ ਬਾਅਦ ਹੁਣ ਬੰਦਾ ਸੋਚੇ ਕਿ ਹੁਣ ਕੋਈ ਤਾਂ ਮੈਨੂੰ ਆਸਰਾ ਮਿਲੇ, ਤਾਂ ਮਨ ਉਹਦੀ ਐਸੀ ਸਿਚੁਏਸ਼ਨ ਹੈ ਕਿ ਸਭੋ ਭੱਜਿਆ ਆਸਰਾ ਚੁੱਕਿਆ ਸਭ ਅਸਰਾ। ਉਹ ਜਿੰਨੇ ਵੀ ਉਹਦੇ ਕੋਈ ਉਹਨੂੰ ਉਮੀਦ ਸੀ ਨਾ ਕਿ ਕੋਈ ਆਸਰਾ ਮਿਲ ਸਕਦਾ ਹੈ ਕਿਸੇ ਕਿਸਮ ਦਾ ਵੀ, ਕਿਸੇ ਚੀਜ਼ ਦਾ ਸਹਾਰਾ, ਕੋਈ ਬੰਦੇ ਦਾ, ਕਿਸੇ ਵਸਤੂ ਦਾ, ਕਿਸੇ ਛੁਪਣ ਦੀ ਜਗ੍ਹਾ ਦਾ, ਕੋਈ ਵੀ ਢੰਗ ਤਰੀਕਾ ਮਿਲ ਕੇ ਕੋਈ ਆਸਰਾ ਮਿਲ ਜਾਏ ਕਿ ਮੈਂ ਦੁਸ਼ਮਣ ਤੋਂ ਬਚ ਜਾਵਾਂ। ਉਹ ਕਹਿੰਦੇ ਹਨ ਕਿ ਸਾਰੇ ਆਸਰੇ ਟੁੱਟ ਜਾਣ, ਚੁੱਕਿਆ ਸਭ ਅਸਰਾਓ, ਸਾਰੇ ਆਸਰੇ ਚੁੱਕ ਜਾਣ, ਮੁੱਕ ਜਾਣ, ਖਤਮ ਹੋ ਜਾਣ, ਕੋਈ ਆਲਟਰਨੇਟਿਵ, ਕੋਈ ਹੱਲ ਰਵੇ ਹੀ ਨਾ ਕਿ ਵੀ ਦੁਸ਼ਮਣ ਤੋਂ ਕਿਵੇਂ ਬਚਿਆ ਜਾਵੇ। ਉਹ ਐਸੀ ਅੱਤ ਦੀ ਮੁਸ਼ਕਲ ਵਾਲੀ ਹਾਲਤ ਬਣ ਜਾਵੇ ਤਾਂ ਉਸ ਅਵਸਥਾ 'ਚ ਕੀ ਹੋ ਸਕਦਾ ਹੈ, ਤਾਂ ਉਹਦਾ ਹੱਲ ਗੁਰੂ ਸਾਹਿਬ ਅਖੀਰਲੀ ਪੰਕਤੀ ਬਣ ਦੀ ਵਿੱਚ ਕਹਿੰਦੇ ਹਨ ਕਿ ਚਿੱਤ ਆਵੈ ਉਸ ਪਾਰ ਬ੍ਰਹਮ ਲਗੈ ਨਾ ਤੁੱਤੀ ਵਾਉ। ਕਿ ਜੇ ਭਲਾ ਉਸ ਇਨਸਾਨ ਦੇ ਚਿੱਤ ਵਿੱਚ, ਉਹਦੀ ਯਾਦ ਦੇ ਵਿੱਚ, ਉਹਦੇ ਹਿਰਦੇ ਦੇ ਵਿੱਚ ਪ੍ਰਭੂ ਦਾ ਨਾਮ ਆ ਜਾਵੇ, ਪ੍ਰਭੂ ਦੀ ਯਾਦ ਆ ਜਾਵੇ, ਉਹ ਪ੍ਰਭੂ ਦਾ ਓਟ ਆਸਰਾ ਆਪਣੇ ਹਿਰਦੇ ਦੇ ਵਿੱਚ ਉਹਦੇ ਉੱਤੇ ਭਰੋਸਾ ਕਰ ਲਵੇ, ਤਾਂ ਲੱਗੇ ਨਾ ਤੱਤੀ ਵਾਹ, ਤਾਂ ਉਸਨੂੰ ਤੱਤੀ ਵਾਹ, ਤੱਤੀ ਦਾ ਮਤਲਬ ਹੋਇਆ ਗਰਮ, ਵਾਹ ਦਾ ਅਰਥ ਹੁੰਦਾ ਹਵਾ, ਤਾਂ ਉਹਨੂੰ ਗਰਮ ਹਵਾ ਵੀ ਨਹੀਂ ਲੱਗੇਗੀ। ਗਰਮ ਹਵਾ ਨਾ ਲੱਗਣ ਤੋਂ ਇੱਕ ਮੁਹਾਵਰਾ ਹੈ ਜਿਹਦਾ ਭਾਵ ਹੁੰਦਾ ਹੈ ਕਿ ਜ਼ਰਾ ਜਿਹਾ ਉਹਨੂੰ ਸੇਕ ਵੀ ਨਹੀਂ ਲੱਗੇਗਾ, ਉਹਨੂੰ ਜ਼ਰਾ ਜਿਹਾ ਵੀ ਦੁੱਖ ਤਕਲੀਫ ਨਹੀਂ ਹੋਏਗੀ। ਤੋ ਭਾਵੇਂ ਸਿਚੁਏਸ਼ਨ ਕਿੰਨੀ ਵੀ ਦਰਦਨਾਕ ਹੋਵੇ, ਕਿੰਨੀ ਵੀ ਖਤਰਨਾਕ ਹੋਵੇ, ਕੋਈ ਆਸੇ ਪਾਸੇ ਮਦਦਗਾਰ ਵੀ ਨਾ ਹੋਵੇ, ਪ੍ਰਭੂ ਦੀ ਯਾਦ ਹਿਰਦੇ 'ਚ ਵੱਸੀ ਹੋਵੇ ਤਾਂ ਉਸ ਬੰਦੇ ਨੂੰ ਦੁੱਖ ਨਹੀਂ ਲੱਗੇਗਾ। ਤਾਂ ਕੀ ਦੁਸ਼ਮਣ ਭੱਜ ਜਾਏਗਾ ਜਾਂ ਉਹਨੂੰ ਮਾਰੇਗਾ ਨਹੀਂ ਜਾਂ ਕੀ ਹੋਏਗਾ, ਐਸੀ ਗੱਲ ਨਹੀਂ ਹੈ। ਜਿਵੇਂ ਸਿੱਖ ਇਤਿਹਾਸ 'ਚ ਸਾਨੂੰ ਅਨੇਕਾਂ ਗਵਾਹੀਆਂ ਮਿਲਦੀਆਂ ਹਨ ਕਿ ਜਦੋਂ ਵੀ ਗੁਰਸਿੱਖਾਂ ਦੇ ਉੱਤੇ ਕਈ ਤਰ੍ਹਾਂ ਦੇ ਜ਼ੁਲਮ ਢਾਏ ਗਏ, ਉਹਨਾਂ ਨੂੰ ਤਸੀਹੇ ਵੀ ਦਿੱਤੇ ਗਏ, ਪਰ ਉਹਨਾਂ ਨੇ ਕਿਸੇ ਵੀ ਜ਼ੁਲਮ ਤਸੀਹੇ ਦੇ ਅਧੀਨ ਆਪਣੇ ਸਿਦਕ ਨੂੰ ਨਹੀਂ ਛੱਡਿਆ, ਆਪਣੇ ਅਸੂਲਾਂ ਨੂੰ ਨਹੀਂ ਛੱਡਿਆ, ਤੇ ਨਾ ਹੀ ਕੋਈ ਰੌਲਾ ਰੱਪਾ ਪਾਇਆ, ਨਾ ਕੋਈ ਚੀਕਾਂ ਮਾਰੀਆਂ, ਨਾ ਕੋਈ ਆਮ ਦੁਨੀਆਦਾਰਾਂ ਵਾਕਨ ਕੋਈ ਚੀਕ ਝਾੜਾ ਪਾਇਆ ਕਿ ਅਸੀਂ ਮਰ ਗਏ ਜੀ, ਬਚਾ ਲਓ ਜੀ, ਕੁਛ ਨਹੀਂ ਕੀਤਾ। ਆਪਣੇ ਪੂਰਨ ਭਰੋਸੇ ਦੇ ਵਿੱਚ, ਅਡੋਲ ਅਵਸਥਾ ਦੇ ਵਿੱਚ, ਪ੍ਰਭੂ ਦੀ ਯਾਦ ਦੇ ਵਿੱਚ ਜੁੜੇ ਰਹੇ। ਭਾਈ ਮਤੀ ਦਾਸ ਦੇ ਸਿਰ ਤੇ ਆਰਾ ਚੱਲਦਾ ਰਿਹਾ, ਸਰੀਰ ਦੋ ਫਾੜ ਹੋ ਗਿਆ, ਪਰ ਉਹਨਾਂ ਦੇ ਸਰੀਰ ਦੇ ਅੰਦਰੋਂ ਉਹਨਾਂ ਦੀ ਆਵਾਜ਼ ਦੇ ਵਿੱਚੋਂ ਕੇਵਲ ਜਪ ਦੀ ਬਾਣੀ ਦਾ ਪਾਠ ਹੀ ਆ ਰਿਹਾ ਸੀਗਾ। ਭਾਈ ਮਨੀ ਸਿੰਘ ਜੀ ਦੇ ਬੰਧ ਬੰਧ ਕੱਟੇ ਗਏ, ਭਾਈ ਦਿਆਲਾ ਜੀ ਨੂੰ ਦੇਗ ਚ ਉਬਾਲਿਆ ਗਿਆ, ਕੁਬੇਗ ਸਿੰਘ ਸ਼ਾਹਬਾਜ਼ ਸਿੰਘ ਨੂੰ ਚਲਖੜੀਆਂ ਤੇ ਚੜਾ ਕੇ ਟੋਟੇ ਟੋਟੇ ਉਹਨਾਂ ਦੀ ਹੋ ਗਏ, ਸਰੀਰ ਦੇ ਤੁੰਬੇ ਤੁੰਬੇ ਹੋ ਗਏ, ਪਰ ਉਹਨਾਂ ਸਭ ਗੁਰਸਿੱਖਾਂ ਨੇ ਕੇਵਲ ਤੇ ਕੇਵਲ ਪ੍ਰਭੂ ਦੀ ਯਾਦ ਤੇ ਗੁਰਬਾਣੀ ਦਾ ਓਟ ਆਸਰਾ ਹੀ ਲਿਆ, ਤੇ ਸਾਰੇ ਦੁੱਖ ਜਿਹੜੇ ਸੀ ਉਹਨਾਂ ਨੇ ਬੜੇ ਅਡੋਲਤਾ ਦੇ ਵਿੱਚ ਸਹਾਰੇ। ਤੋ ਇਹ ਦੇਖਣ ਵਾਲਿਆਂ ਨੂੰ ਤਾਂ ਇੰਝ ਲੱਗਦਾ ਸੀਗਾ ਕਿ ਜਿਵੇਂ ਇੰਨੇ ਜ਼ਿਆਦਾ ਤਸੀਹੇ ਦਿੱਤੇ ਜਾ ਰਹੇ ਨੇ ਪਰ ਇਹਨਾਂ ਦੇ ਉੱਤੇ ਤਾਂ ਕੋਈ ਅਸਰ ਹੀ ਨਹੀਂ ਹੋ ਰਿਹਾ, ਮਾਨੋ ਇਹਨਾਂ ਨੂੰ ਕੋਈ ਦੁੱਖ ਲੱਗ ਹੀ ਨਹੀਂ ਰਿਹਾ। ਤੋ ਉਸ ਭਾਵਨਾ, ਉਸ ਅਡੋਲ ਅਵਸਥਾ ਦਾ ਇਹ ਵਰਣਨ ਹੈ ਕਿ ਚਿੱਤ ਆਵੈ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਐਸੇ ਇਨਸਾਨ ਨੂੰ ਜਿਹਦੇ ਹਿਰਦੇ ਵਿੱਚ ਪ੍ਰਭੂ ਦੀ ਯਾਦ ਆ ਜਾਵੇ ਤਾਂ ਹੋਰ ਦੁਨੀਆਂ ਭਰ ਦੇ ਸਾਰੇ ਸਹਾਰੇ ਖਤਮ ਹੋ ਜਾਣ, ਕੋਈ ਸਾਕ ਸੰਬੰਧੀ ਵੀ ਮਦਦਗਾਰ ਨਾ ਹੋਵੇ, ਸਿਰ ਤੇ ਦੁਸ਼ਮਣ ਚੜਿਆ ਹੋਵੇ ਔਰ ਬਹੁਤ ਹੀ ਅਤ ਮੁਸ਼ਕਲ ਦੀ ਹਾਲਤ ਬਣੀ ਹੋਵੇ, ਤਾਂ ਵੀ ਪ੍ਰਭੂ ਦੀ ਯਾਦ ਦਾ ਸਦਕਾ ਉਹ ਇਨਸਾਨ ਨੂੰ ਕੋਈ ਦੁੱਖ ਡੁਲਾ ਨਹੀਂ ਸਕਦਾ। ਉਹ ਅਡੋਲ ਅਵਸਥਾ ਵਿੱਚ ਸਾਰੇ ਦੁੱਖ ਸਹਾਰ ਲੈਂਦਾ ਹੈ ਔਰ ਦੇਖਣ ਵਾਲਿਆਂ ਨੂੰ ਇਹੀ ਮਹਿਸੂਸ ਹੁੰਦਾ ਹੈ ਕਿ ਇਹਨੂੰ ਤਾਂ ਕੋਈ ਦੁੱਖ ਹੈ ਹੀ ਨਹੀਂ ਹੈ, ਇਹ ਤਾਂ ਅਜੇ ਵੀ ਬਿਲਕੁਲ ਖਿੜਾਅ ਦੀ, ਆਨੰਦ ਦੀ ਅਵਸਥਾ ਦੇ ਵਿੱਚ ਹੈ, ਟਿਕਿਆ ਹੋਇਆ ਹੈ, ਅਡੋਲ ਹੈ।
तो उसके वास्ते ही ये लफ्ज़ वरते जा सकते हैं कि लगे ना तत्ती वाह। तो जिसे हिरदे में प्रभु की याद होती है उन्हें कोई दुख इसे तरीके भी परेशान या दुखी नहीं कर सकता। तो यही इस श्लोक इस बंद का भाव है। आम तौर पर यह जो पदा है जा को मुश्किल बने तो लैके लगे ना तत्ती वाह तक ये आम तौर पर ना लोगों इस विश्वास के नाल पढ़न प्रेरणा की जाती है कि भाई ये पढ़ोगे तो थोड़े जो दुनियावी दुख जड़े ना भज जाएंगे थोड़ी तकलीफ खत्म हो जाएगी। सो कॉल्ड एक कोई दुख भंजनी गुटके भी बनाए गए हैं जिन्हों के भी ये वाला बंद दर्ज किया गया है। तो निरे पढ़न के नाल कोई उम्मीद करे कि मेरे सारे दुख तकलीफा भज जाएंगिया जो दुश्मन मैनू कोई मारन आया है वह दुश्मन डर के भज जाएगा तो ये एक थोड़ा भरम है। असल में यह शब्द ये बाणी दी पंक्तियां सानू ऐसी उच्ची आत्मक अवस्था दी प्रेरणा देती है कि दुख लगे होया भी दुख आया होया भी दुख नहीं पासदा आत्मक अडोलता की अवस्था देता है। ना कि सिर्फ ये कोई मंत्र वाकन इन पढ़ के ते मुश्किलों नू दूर भजाया जा सकता है। मुश्किल फेस करनी ते उदे विच भी अडोल रहना यही गुरबाणी नू पढ़न का लाभ है। ना कि कोई जादू मंत्र वाकन कोई टोटका है। इतने ही बचन प्रवान करने जी। वाहिगुरु जी का खालसा वाहिगुरु जी की फतेह। कोई जादू मंत्र टोटका नहीं है। सात संगत जी जिस तरह शरीरक सानू कोई तकलीफ आती है या कोई साढ़े होर अंदर यहोजे कोई जर्म्स होंगे ने तो असं दवाई मेडिसन दवाई लैने दवाई उस साढ़े जर्म्स नू खत्म करती है। इस तरह जिहड़ी गुरबाणी है जे असी इहनू समझ के इहदे मुताबक जीवन जिउंदे आ तां साढ़े अंदर दीआं सारीआं कमजोरियां जिहड़ियां ने जिहड़ियां बीमारियां ने उह सारीआं कमजोरियां साडीआं खत्म हो जांदीआं ने ते मनुख आत्मक तौर ते चढ़दी कला च आ जांदा है। ਜਿਹੜਾ ਉਹਦਾ ਇੱਕ ਆਪਣਾ ਹੀ ਆਨੰਦ ਹੈ ਉਹ ਫਿਰ ਸਦਾ ਵਿਕਾਸ ਦੀ ਅਵਸਥਾ 'ਚ ਰਹਿੰਦਾ। ਤੋ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਸ਼ਬਦ ਹੈ ਉਹ ਵਿੱਚ ਉਹਨਾਂ ਨੇ ਬੜਾ ਸੁੰਦਰ ਸਾਨੂੰ ਦੱਸਿਆ ਕਿ ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ ਚਰਨ ਕਮਲ ਚਿੱਤ ਰਿਹੋ ਸਮਾਏ। ਵੀ ਜੇ ਸਾਡਾ ਮਨ ਤਗੜਾ ਹੋਵੇ ਨਾ ਫਿਰ ਤਨ ਵੀ ਉਹ ਜਿਹੜਾ ਉਹ ਤਗੜਾ ਹੀ ਰਹਿੰਦਾ। ਆਮ ਤੌਰ 'ਤੇ ਤੁਸੀਂ ਦੇਖੋ ਸਤਸੰਗ ਜੀ ਜਿੰਨਾ ਮਰਜ਼ੀ ਮੈਂ ਪਿੱਛੇ ਵੀ ਇੱਕ ਲੇਖ ਵਿੱਚ ਆਪਣਾ ਉਦਾਹਰਣ ਦਿੱਤੀ ਸੀ ਕਿ ਜਿੰਨਾ ਮਰਜ਼ੀ ਕੋਈ ਸਡੋਲ ਪੁਰਸ਼ ਹੋਵੇ ਬੜਾ ਸਰੀਰਕ ਤੌਰ 'ਤੇ ਲੰਬਾ ਉੱਚਾ ਅਤੇ ਬੜਾ ਤਗੜਾ ਪਹਿਲਵਾਨ ਵੀ ਹੋਵੇ ਉਹਨੂੰ ਕੋਈ ਐਸੀ ਅਚਾਨਕ ਖਬਰ ਮਿਲਦੀ ਹੈ ਜਿਹੜੀ ਉਹਦੇ ਮਨ ਨੂੰ ਅਸਰ ਕਰਦੀ ਅਤੇ ਉਸ ਵੇਲੇ ਤੁਰਨ ਜੋ ਗੱਲ ਹੈ ਉਹਦੀ ਲੱਤਾਂ ਕੰਬਣੀਆਂ ਸ਼ੁਰੂ ਹੋ ਜਾਂਦੀਆਂ। ਇਹਦਾ ਮਤਲਬ ਇਹ ਹੈ ਕਿ ਸਾਰੀ ਗੱਲ ਮਨ ਦੀ ਹੈ। ਤੋ ਗੁਰਬਾਣੀ ਜਿਹੜੀ ਹੈ ਇਹ ਸਾਨੂੰ ਮਨ ਤੋਂ ਕਰਕੇ ਇੱਕ ਟੋਨਿਕ ਐਸੀ ਕਿ ਇਹ ਦਵਾਈ ਵੀ ਹੈ ਟੋਨਿਕ ਵੀ ਹੈ ਜਿਹੜੀ ਸਾਡੇ ਅੰਦਰੋਂ ਸਾਡੀਆਂ ਕਮਜ਼ੋਰੀਆਂ ਖਤਮ ਕਰਦੀ ਹੈ ਅਤੇ ਮਨੁੱਖ ਚੜ੍ਹਦੀ ਕਲਾ 'ਚ ਆਉਂਦਾ ਹੈ। ਫਿਰ ਜਿਸ ਤਰ੍ਹਾਂ ਵੀਰ ਐਮ ਪੀ ਸਿੰਘ ਦੱਸਿਆ ਫਿਰ ਮੁਸ਼ਕਲ ਮੁਸ਼ਕਲ ਨਹੀਂ ਲੱਗਦੀ ਦੁੱਖ ਉਹਨੂੰ ਦਿਖਾਉਂਦਾ ਨਹੀਂ। ਐਮ ਪੀ ਸਿੰਘ ਜੀ ਧੰਨਵਾਦ ਆਪ ਜੀ।